ਸਵਾਗਤ ਹੈ ਤੁਹਾਡਾ ਸਭ ਦਾ ਮੇਰੇ ਇਸ ਯੂਟਿਊਬ ਚੈਨਲ ਦੇ ਵਿੱਚ, ਜਿਸ ਵਿੱਚ ਤੁਸੀਂ ਕਰ ਰਹੇ ਹੋ ਪੀਸ ਟੈਟ ਦੀ ਤਿਆਰੀ, ਐੱਚ ਟੈਟ ਦੀ, ਸੀ ਟੈਟ ਦੀ ਤਿਆਰੀ। ਬਹੁਤ ਹੀ ਮਹੱਤਵਪੂਰਨ ਵੀਡੀਓ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਜੋ ਕਿ ਹਿਸਟਰੀ ਨਾਲ ਸੰਬੰਧਿਤ ਹੈ। ਇਸ ਤੋਂ ਪਹਿਲਾਂ ਤੁਸੀਂ 5 ਵੀਡੀਓਜ਼ ਦੇਖ ਚੁੱਕੇ ਹੋ। ਅੱਜ ਦੇ ਇਸ 6ਵੇਂ ਚੈਪਟਰ ਦੇ ਵਿੱਚ ਕਰਾਂਗੇ ਆਪਾਂ ਮੌਰੀਆ ਅਤੇ ਸ਼ੁੰਗ ਕਾਲ ਦੇ ਬਾਰੇ। ਪ੍ਰਸ਼ਨ ਪਹਿਲਾਂ ਜੀ, ਅੱਜ ਦੀ ਇਸ ਵੀਡੀਓ ਦੇ ਵਿੱਚ ਲਗਭਗ 35 ਦੇ ਕਰੀਬ ਪ੍ਰਸ਼ਨ ਨੇ ਅਤੇ 5-6 ਦੇ ਕਰੀਬ ਪ੍ਰਸ਼ਨ ਸੈਂਪਲ ਕੁਐਸਚਨ ਨੇ ਜੋ ਪ੍ਰੀਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬਣਾਏ ਗਏ ਨੇ। ਵਿੱਚ ਵਿੱਚ ਇਹਨਾਂ ਨੂੰ ਪੁੱਛਾਂਗਾ, ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਪੂਰੀ ਦੇਖਿਓ। ਪਹਿਲਾ ਪ੍ਰਸ਼ਨ ਹੈ ਜੀ, ਸਿਕੰਦਰ ਕਿੱਥੋਂ ਦਾ ਇੱਕ ਮਹਾਨ ਯੂਨਾਨੀ ਜੇਤੂ ਸੀ? ਸਿਕੰਦਰ ਸੀ ਜੋ ਮਕਦੂਨੀਆ ਦਾ ਮਹਾਨ ਜੇਤੂ ਸੀ। ਦੂਜਾ ਪ੍ਰਸ਼ਨ ਹੈ, ਸਿਕੰਦਰ ਨੇ ਭਾਰਤ 'ਤੇ ਹਮਲਾ ਕਦੋਂ ਕੀਤਾ? ਸਿਕੰਦਰ ਨੇ 326 ਈਸਵੀ ਪੂਰਵ ਦੇ ਵਿੱਚ ਭਾਰਤ 'ਤੇ ਹਮਲਾ ਕੀਤਾ। ਅੱਗੇ ਜੀ, ਤੀਜਾ ਪ੍ਰਸ਼ਨ, ਚੰਦਰਗੁਪਤ ਮੌਰੀਆ ਦੇ ਗੁਰੂ ਦਾ ਕੀ ਨਾਮ ਸੀ? ਚੰਦਰਗੁਪਤ ਮੌਰੀਆ ਸੀ ਜੋ, ਉਹਦੇ ਗੁਰੂ ਦਾ ਨਾਮ ਸੀ ਚਾਣਕਿਆ, ਇਹਨੂੰ ਕਟੱਲਿਆ ਵੀ ਕਿਹਾ ਜਾਂਦਾ ਸੀ। ਅੱਗੇ ਜੀ, ਚੌਥਾ, ਚੰਦਰਗੁਪਤ ਨੇ ਕਦੋਂ ਅਤੇ ਕਿਸ ਨੂੰ ਹਰਾ ਕੇ ਮੌਰੀਆ ਵੰਸ਼ ਦੀ ਨੀਂਹ ਰੱਖੀ? ਚੰਦਰਗੁਪਤ ਨੇ ਲਗਭਗ 321 ਈਸਵੀ ਦੇ ਵਿੱਚ ਨੰਦ ਵੰਸ਼ ਨੂੰ ਹਰਾ ਕੇ ਗੁਪਤ ਵੰਸ਼ ਦੀ ਨੀਂਹ ਰੱਖੀ ਸੀ। ਚਾਣਕਿਆ ਦੁਆਰਾ ਲਿਖੀ ਗਈ ਪਹਿਲੀ ਪੁਸਤਕ ਕਿਹੜੀ ਹੈ? ਚਾਣਕਿਆ ਦੀ ਜੋ ਪਹਿਲੀ ਪੁਸਤਕ ਹੈ ਉਹਦਾ ਨਾਮ ਹੈ ਜੀ ਅਰਥ ਸ਼ਾਸਤਰ। ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹੈ ਦੋਸਤੋ, ਪ੍ਰੀਖਿਆ ਦੀ ਦ੍ਰਿਸ਼ਟੀ ਤੋਂ। 6ਵਾਂ ਪ੍ਰਸ਼ਨ ਹੈ, ਅਰਥ ਸ਼ਾਸਤਰ ਪੁਸਤਕ ਤੋਂ ਸਾਨੂੰ ਕਿਸ ਬਾਰੇ ਜਾਣਕਾਰੀ ਮਿਲਦੀ ਹੈ? ਅਰਥ ਸ਼ਾਸਤਰ ਪੁਸਤਕ ਤੋਂ ਸਾਨੂੰ ਮੌਰੀਆ ਰਾਜ ਪ੍ਰਬੰਧ ਬਾਰੇ ਜਾਣਕਾਰੀ ਮਿਲਦੀ ਹੈ। 7ਵਾਂ ਪ੍ਰਸ਼ਨ ਹੈ ਜੀ, ਅੱਗੇ ਮੈਗਸਥਨੀਜ਼ ਕੌਣ ਸੀ? ਮੈਗਸਥਨੀਜ਼ ਹੈ ਜੋ ਚੰਦਰਗੁਪਤ ਮੌਰੀਆ ਦੇ ਦਰਬਾਰ ਵਿੱਚ ਸੈਲਿਊਕਸ ਨਿਕਾਤੋਰ ਦਾ ਯੂਨਾਨੀ ਰਾਜਦੂਤ ਸੀ। ਉਹਦਾ ਨਾਮ ਸੀ ਮੈਗਸਥਨੀਜ਼, ਸੈਲਿਊਕਸ ਨਿਕਾਤੋਰ ਦਾ ਯੂਨਾਨੀ ਰਾਜਦੂਤ ਸੀ। ਅੱਗੇ ਜੀ, 8ਵਾਂ ਪ੍ਰਸ਼ਨ ਹੈ, ਇੰਡਿਕਾ ਪੁਸਤਕ ਕਿਸ ਦੀ ਰਚਨਾ ਹੈ? ਇੰਡਿਕਾ ਪੁਸਤਕ ਹੈ ਜੋ ਮੈਗਸਥਨੀਜ਼ ਦੀ ਰਚਨਾ ਹੈ। ਇਸ ਤੋਂ ਪਹਿਲਾਂ ਆਪਣੇ ਪ੍ਰਸ਼ਨ ਦੇ ਵਿੱਚ ਕਰਿਆ ਸੀ ਕਿ ਮੈਗਸਥਨੀਜ਼ ਸੀ ਜੋ, ਉਹ ਸੈਲਿਊਕਸ ਨਿਕਾਤੋਰ ਦਾ ਯੂਨਾਨੀ ਰਾਜਦੂਤ ਸੀ। ਕਟੱਲਿਆ ਦੀ ਪੁਸਤਕ ਦਾ ਨਾਮ ਹੈ ਅਰਥ ਸ਼ਾਸਤਰ ਅਤੇ ਮੈਗਸਥਨੀਜ਼ ਦੀ ਪੁਸਤਕ ਦਾ ਨਾਮ ਹੈ ਇੰਡਿਕਾ। 9ਵਾਂ ਪ੍ਰਸ਼ਨ ਹੈ ਜੀ, ਸੈਲਿਊਕਸ ਨਿਕਾਤੋਰ ਕਿੱਥੋਂ ਦਾ ਰਾਜਾ ਸੀ? ਇਹ ਸੀ ਜੀ ਅਫਗਾਨਿਸਤਾਨ ਦਾ ਰਾਜਾ ਸੀ ਸੈਲਿਊਕਸ। ਅੱਗੇ ਜੀ, 10ਵਾਂ ਪ੍ਰਸ਼ਨ, ਚੰਦਰਗੁਪਤ ਮੌਰੀਆ ਨੇ ਕਦੋਂ ਤੱਕ ਰਾਜ ਕੀਤਾ? ਚੰਦਰਗੁਪਤ ਮੌਰੀਆ ਨੇ 321 ਈਸਵੀ ਤੋਂ ਲੈ ਕੇ 297 ਈਸਵੀ ਤੱਕ ਰਾਜ ਕੀਤਾ। ਲਗਭਗ 24 ਸਾਲ ਰਾਜ ਕੀਤਾ ਸੀ ਇਹਨਾਂ ਨੇ। 11ਵਾਂ ਪ੍ਰਸ਼ਨ ਹੈ, ਚੰਦਰਗੁਪਤ ਦੇ ਪੁੱਤਰ ਦਾ ਕੀ ਨਾਮ ਸੀ? ਚੰਦਰਗੁਪਤ ਦੇ ਪੁੱਤਰ ਦਾ ਨਾਮ ਸੀ ਬਿੰਦੂਸਾਰ। 12ਵਾਂ ਪ੍ਰਸ਼ਨ ਹੈ ਜੀ, ਬਿੰਦੂਸਾਰ ਨੇ ਕਦੋਂ ਤੋਂ ਕਦੋਂ ਤੱਕ ਰਾਜ ਕੀਤਾ? ਬਿੰਦੂਸਾਰ ਨੇ 297 ਈਸਵੀ ਤੋਂ ਲੈ ਕੇ 273 ਈਸਵੀ ਤੱਕ ਰਾਜ ਕੀਤਾ। ਲਗਭਗ 24 ਸਾਲ ਦਾ ਸਮਾਂ ਸੀ ਇਹਦੇ ਰਾਜ ਦਾ। ਹਾਂਜੀ, ਅੱਗੇ 13ਵਾਂ ਪ੍ਰਸ਼ਨ, ਬਿੰਦੂਸਾਰ ਦੀ ਮੌਤ ਤੋਂ ਬਾਅਦ ਕੌਣ ਰਾਜਾ ਬਣਿਆ? ਬਿੰਦੂਸਾਰ ਦੀ ਮੌਤ ਤੋਂ ਬਾਅਦ ਉਹਦਾ ਪੁੱਤਰ ਹੈ ਅਸ਼ੋਕ, ਉਹ ਰਾਜਾ ਬਣਿਆ। ਤਾਂ ਜਿਹੜਾ ਮੌਰੀਆ ਕਾਲ ਚੱਲ ਰਿਹਾ ਜੀ, ਉਹਦੇ ਵਿੱਚ ਸਭ ਤੋਂ ਮਹਾਨ ਰਾਜਾ ਸੀ ਜਿਹੜਾ ਚੰਦਰਗੁਪਤ ਮੌਰੀਆ, ਉਹਦਾ ਪੁੱਤਰ ਸੀ ਬਿੰਦੂਸਾਰ, ਅਤੇ ਬਿੰਦੂਸਾਰ ਦਾ ਪੁੱਤਰ ਸੀ ਜੋ ਅਸ਼ੋਕ ਸੀ। 14ਵਾਂ ਪ੍ਰਸ਼ਨ ਹੈ ਜੀ, ਅਸ਼ੋਕ ਨੇ ਕਲਿੰਗਾਂ 'ਤੇ ਜਿੱਤ ਕਦੋਂ ਪ੍ਰਾਪਤ ਕੀਤੀ? ਇਹ ਕੀਤੀ ਸੀ ਜੀ 261 ਈਸਵੀ ਪੂਰਵ ਦੇ ਵਿੱਚ। ਬਹੁਤ ਹੀ ਮਹੱਤਵਪੂਰਨ ਜਿੱਤ ਸੀ ਇਹ ਅਸ਼ੋਕ ਦੀ ਕਲਿੰਗ 'ਤੇ। ਕਿਉਂ ਸੀ ਮਹੱਤਵਪੂਰਨ? ਅਗਲੇ ਪ੍ਰਸ਼ਨ ਦੇ ਵਿੱਚ ਦੇਖਦੇ ਹਾਂ ਜੀ। 15ਵਾਂ ਪ੍ਰਸ਼ਨ ਹੈ ਜੀ, ਅਸ਼ੋਕ ਨੇ ਕਿਸ ਲੜਾਈ ਤੋਂ ਬਾਅਦ ਯੁੱਧਾਂ ਦਾ ਤਿਆਗ ਕੀਤਾ ਅਤੇ ਕਿਹੜਾ ਧਰਮ ਅਪਣਾਇਆ? ਅਸ਼ੋਕ ਨੇ ਕਲਿੰਗਾਂ ਦੀ ਲੜਾਈ ਤੋਂ ਬਾਅਦ ਯੁੱਧਾਂ ਦਾ ਤਿਆਗ ਕੀਤਾ ਅਤੇ ਬੁੱਧ ਧਰਮ ਅਪਣਾਇਆ, ਕਿਉਂਕਿ ਕਲਿੰਗ ਦੀ ਲੜਾਈ ਦੇ ਵਿੱਚ ਬਹੁਤ ਨੁਕਸਾਨ ਹੋਇਆ ਸੀ ਫੌਜਾਂ ਦਾ, ਜਿਸ ਤੋਂ ਅਸ਼ੋਕ ਬਹੁਤ ਦੁਖੀ ਹੋ ਗਿਆ ਅਤੇ ਉਸਨੇ ਯੁੱਧਾਂ ਤੋਂ ਸੰਨਿਆਸ ਲੈ ਲਿਆ, ਅਤੇ ਤਿਆਗ ਕਰਤਾ ਯੁੱਧਾਂ ਦਾ ਅਤੇ ਬੁੱਧ ਧਰਮ ਨੂੰ ਮੰਨਣ ਲੱਗ ਗਿਆ। 16ਵਾਂ ਪ੍ਰਸ਼ਨ ਹੈ ਜੀ, ਅਸ਼ੋਕ ਨੇ ਕਿਸ ਨੂੰ ਸ਼੍ਰੀ ਲੰਕਾ ਵਿੱਚ ਅਤੇ ਕਿਉਂ ਭੇਜਿਆ? ਅਸ਼ੋਕ ਨੇ ਆਪਣੇ ਪੁੱਤਰ ਮਹਿੰਦਰ ਅਤੇ ਆਪਣੀ ਪੁੱਤਰੀ ਸੰਘਮਿੱਤਰਾ ਨੂੰ ਸ਼੍ਰੀ ਲੰਕਾ ਦੇ ਵਿੱਚ ਭੇਜਿਆ ਬੁੱਧ ਧਰਮ ਦਾ ਪ੍ਰਚਾਰ ਕਰਨ ਦੇ ਲਈ, ਕਿਉਂਕਿ ਕਲਿੰਗਾ ਦੀ ਲੜਾਈ ਤੋਂ ਬਾਅਦ ਅਸ਼ੋਕ ਨੇ ਬੁੱਧ ਧਰਮ ਨੂੰ ਅਪਣਾ ਲਿਆ ਸੀ। 17ਵਾਂ ਪ੍ਰਸ਼ਨ ਹੈ ਜੀ, ਅਸ਼ੋਕ ਦੀ ਮੌਤ ਕਦੋਂ ਹੋਈ? ਅਸ਼ੋਕ ਦੀ ਮੌਤ ਹੋਈ ਸੀ ਜੀ 232 ਈਸਵੀ ਪੂਰਵ ਦੇ ਵਿੱਚ। ਅੱਗੇ ਹੈ ਜੀ ਮੌਰੀਆ ਵੰਸ਼। ਮੌਰੀਆ ਵੰਸ਼ ਦੇ ਬਾਰੇ ਆਪਾਂ ਪਹਿਲਾਂ ਗੱਲਬਾਤ ਕਰ ਚੁੱਕੇ ਹਾਂ। ਇੱਕ ਪਾਸੇ ਰਾਜਾ ਦਾ ਨਾਮ ਦਿੱਤਾ, ਮੈਨੇ ਸੰਖੇਪ ਦੇ ਵਿੱਚ ਸਮਰੀ ਬਣਾਈ ਹੈ। ਰਾਜਾ ਦਾ ਸਮਾਂ ਈਸਵੀ ਪੂਰਵ ਦੇ ਵਿੱਚ ਹੈ। ਚੰਦਰਗੁਪਤ ਮੌਰੀਆ ਸੀ ਜੋ
321 ਤੋਂ ਲੈ ਕੇ 297 ਈਸਵੀ ਤੱਕ ਰਾਜਕਾਲ, ਬਿੰਦੂਸਾਰ 297 ਤੋਂ ਲੈ ਕੇ 273 ਈਸਵੀ ਤੱਕ ਰਾਜਕਾਲ, ਅਸ਼ੋਕ ਹੈ ਜੋ 268 ਤੋਂ ਲੈ ਕੇ 232 ਈਸਵੀ ਤੱਕ ਰਾਜਕਾਲ ਸੀ ਅਸ਼ੋਕ ਦਾ। ਅੱਗੇ ਦੇਖਦੇ ਹਾਂ ਜੀ ਪ੍ਰਸ਼ਨ, ਨਮੂਨੇ ਦੇ ਪ੍ਰਸ਼ਨ ਨੇ ਦੋਸਤੋ ਜੋ ਕਿ ਮੌਰੀਆ ਕਾਲ ਨਾਲ ਸੰਬੰਧਿਤ ਨੇ। ਮਿਲਾਨ ਕਰੋ ਇਹਦੇ ਵਿੱਚ ਮੈਗਸਥਨੀਜ, ਕੋਟੱਲਿਆ, ਅਫਗਾਨਿਸਤਾਨ, ਅਸ਼ੋਕ ਅਤੇ ਬਿੰਦੂਸਾਰ। ਹਾਂਜੀ ਸਾਹਮਣੇ ਏ ਬੀ ਸੀ ਲਿਖ ਲਿਓ ਇਹਨਾਂ ਦੇ ਉੱਪਰ। ਅਰਥ ਸ਼ਾਸਤਰ 297 ਬੀ ਸੀ ਤੋਂ 273 ਬੀ ਸੀ, ਇੰਡਿਕਾ ਸੈਲਿਯੁਕਸ ਨਿਕਾਤੁਰ 268 ਬੀ ਸੀ ਤੋਂ 232 ਬੀ ਸੀ। ਏ ਸੀ ਜੀ ਛੇਵੇਂ ਪਾਠ ਦਾ ਪਹਿਲਾ ਸੈਂਪਲ ਪ੍ਰਸ਼ਨ। ਦੂਜਾ ਪ੍ਰਸ਼ਨ ਹੈ ਜੀ, ਅਸ਼ੋਕ ਨੇ ਸ਼੍ਰੀਲੰਕਾ ਕਿਸ ਨੂੰ ਭੇਜਿਆ? ਨੰਬਰ ਇੱਕ ਚਾਣਕਿਆ, ਨੰਬਰ ਦੋ ਮਹਿੰਦਰ, ਤੀਜਾ ਹੈਗਾ ਸੀ ਸੰਘਮਿੱਤਰਾ ਅਤੇ ਚੌਥਾ ਹੈਗਾ ਸੀ ਚੰਦਰਗੁਪਤ। ਏ ਬੀ ਸੀ ਡੀ ਚਾਰ ਆਪਸ਼ਨ, ਇਹਦੇ ਵਿੱਚ ਹੈ ਕੇਵਲ ਦੋ, ਬੀ ਦੇ ਵਿੱਚ ਹੈ ਕੇਵਲ ਤਿੰਨ ਅਤੇ ਚਾਰ, ਸੀ ਦੇ ਵਿੱਚ ਹੈ ਕੇਵਲ ਦੋ ਅਤੇ ਤਿੰਨ, ਅਤੇ ਡੀ ਦੇ ਵਿੱਚ ਹੈ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਦੋਸਤੋ ਪਾਠ ਨੂੰ ਕੰਪਲੀਟ ਕਰਨ ਤੋਂ ਬਾਅਦ ਤੁਸੀਂ ਇਹ ਪ੍ਰਸ਼ਨ ਦੇਖਣੇ ਨੇ। ਅੱਗੇ ਜੀ ਤੀਜਾ ਪ੍ਰਸ਼ਨ ਹੈ, ਚਾਣਕਿਆ ਦਾ ਹੋਰ ਕੀ ਨਾਮ ਸੀ? ਏ ਚੰਦਰਗੁਪਤ, ਬੀ ਸੈਲਿਯੁਕਸ, ਸੀ ਕੋਟੱਲਿਆ ਅਤੇ ਡੀ ਇਹਨਾਂ ਵਿੱਚੋਂ ਕੋਈ ਨਹੀਂ। ਇਹ ਪ੍ਰਸ਼ਨ ਹੈ ਜੋ ਦੋਸਤੋ ਪ੍ਰੀਖਿਆ ਦੀ ਦ੍ਰਿਸ਼ਟੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬਣਾਏ ਗਏ ਨੇ। ਅੱਗੇ ਦੇਖਦੇ ਹਾਂ ਜੀ 18ਵਾਂ ਪ੍ਰਸ਼ਨ ਹੈ ਜੋ, ਮੌਰੀਆ ਰਾਜ ਪ੍ਰਬੰਧ ਵਿੱਚ ਵੱਡੇ ਅਫਸਰ ਕਿਹੜੇ ਸਨ? ਹਾਂਜੀ ਮੌਰੀਆ ਰਾਜ ਪ੍ਰਬੰਧ ਵਿੱਚ ਵੱਡੇ ਅਫਸਰ ਸੀ, ਯੁਵਰਾਜ ਕਿਹਾ ਜਾਂਦਾ ਸੀ ਉਸਨੂੰ। ਅੱਗੇ ਹੁੰਦਾ ਸੀ ਜੀ ਸਨੀਧਾਤਾ ਹੁੰਦਾ ਸੀ ਜੋ ਮੁੱਖ ਖਜ਼ਾਨਚੀ ਨੂੰ ਕਹਿੰਦੇ ਸੀ। ਅੱਗੇ ਜੀ ਸਮਾਹਰਤਾ, ਇਹ ਕਰ ਇਕੱਠੇ ਕਰਨ ਵਾਲਾ ਅਧਿਕਾਰੀ ਹੁੰਦਾ ਸੀ। ਅੱਗੇ ਲੇਖਾ ਜੋਖਾ ਰੱਖਣ ਵਾਲੇ ਅਧਿਕਾਰੀ ਹੁੰਦੇ ਸੀ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹੁੰਦੇ ਸੀ ਜੋ ਕਿ ਮੌਰੀਆ ਰਾਜ ਪ੍ਰਬੰਧ ਵਿੱਚ ਵੱਡੇ ਅਫਸਰ ਮੰਨੇ ਜਾਂਦੇ ਸੀ। 19ਵਾਂ ਪ੍ਰਸ਼ਨ ਹੈ ਜੀ, ਅੱਗੇ ਸਾਮਰਾਜ ਨੂੰ ਕਿਸ ਵਿੱਚ ਵੰਡਿਆ ਹੋਇਆ ਸੀ? ਜੋ ਇਹਨਾਂ ਦਾ ਪੂਰਾ ਸਾਮਰਾਜ ਸੀ ਉਹਨੂੰ ਪ੍ਰਾਂਤਾਂ ਦੇ ਵਿੱਚ ਵੰਡਿਆ ਹੋਇਆ ਸੀ। 20ਵਾਂ ਪ੍ਰਸ਼ਨ ਹੈ ਜੀ, ਅੱਗੇ ਪ੍ਰਾਂਤਾਂ ਦਾ ਗਵਰਨਰ ਕੌਣ ਹੁੰਦਾ ਸੀ? ਪ੍ਰਾਂਤਾਂ ਦਾ ਜੋ ਗਵਰਨਰ ਹੈ ਉਹ ਹੁੰਦਾ ਸੀ ਜੀ ਰਾਜਕੁਮਾਰ ਹੁੰਦਾ ਸੀ ਜੋ। 21ਵਾਂ ਪ੍ਰਸ਼ਨ ਹੈ, ਪ੍ਰਾਂਤਾਂ ਵਿੱਚੋਂ ਹੋਰ ਕਿਹੜੇ ਅਫਸਰ ਹੁੰਦੇ ਸਨ? ਇਸ ਤੋਂ ਇਲਾਵਾ ਪ੍ਰਾਂਤਾਂ ਦੇ ਵਿੱਚ ਹੁੰਦੇ ਸੀ ਰਾਜੁਕ, ਮਹਾਮਾਤਰ ਅਤੇ ਯੁਕਤ। ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹੈ ਦੋਸਤੋ ਪ੍ਰੀਖਿਆ ਦੀ ਦ੍ਰਿਸ਼ਟੀ ਤੋਂ। 22ਵਾਂ ਪ੍ਰਸ਼ਨ ਹੈ, ਮੌਰੀਆ ਵੰਸ਼ ਵਿੱਚ ਸਿੱਖਿਆ ਦੇ ਮਹਾਨ ਕੇਂਦਰ ਕਿਹੜੇ ਕਿਹੜੇ ਸਨ? ਉਸ ਸਮੇਂ ਸਿੱਖਿਆ ਦੇ ਮਹਾਨ ਕੇਂਦਰ ਸੀ ਤਕਸ਼ਿਲਾ, ਪਾਟਲੀਪੁੱਤਰ ਅਤੇ ਵਾਰਾਣਸੀ। ਅੱਗੇ ਜੀ 23ਵਾਂ ਪ੍ਰਸ਼ਨ, ਗੁਜਰਾਤ ਵਿੱਚ ਸੁਦਰਸ਼ਨ ਨਾਮ ਦੀ ਝੀਲ ਕਿਸ ਨੇ ਬਣਵਾਈ? ਇਹ ਬਣਵਾਈ ਸੀ ਜੀ ਚੰਦਰਗੁਪਤ ਮੌਰਿਆ ਨੇ, ਹੁਕਮ ਦਿੱਤਾ ਸੀ ਝੀਲ ਨੂੰ ਬਣਾਉਣ ਦਾ। 24ਵਾਂ ਪ੍ਰਸ਼ਨ ਹੈ ਜੀ, ਮੱਧ ਪ੍ਰਦੇਸ਼ ਵਿੱਚ ਸਾਂਚੀ ਦੇ ਸਤੂਪ ਦਾ ਨਿਰਮਾਣ ਕਿਸ ਨੇ ਕਰਵਾਇਆ? ਕੀ ਕਰਵਾਇਆ ਸੀ ਅਸ਼ੋਕ ਨੇ ਸਾਂਚੀ ਦਾ ਸਤੂਪ ਮੱਧ ਪ੍ਰਦੇਸ਼ ਦੇ ਵਿੱਚ। 25ਵਾਂ ਪ੍ਰਸ਼ਨ ਹੈ, ਮੌਰੀਆ ਸਮੇਂ ਦੀਆਂ ਬਿਹਾਰ ਵਿੱਚ ਸਥਿਤ ਗੁਫਾਵਾਂ ਦੇ ਨਾਮ ਦੱਸੋ। ਮੌਰੀਆ ਦੇ ਸਮੇਂ ਬਿਹਾਰ ਦੀਆਂ ਗੁਫਾਵਾਂ ਨੇ ਜੋ ਉਹਨਾਂ ਦੇ ਵਿੱਚ ਨੇ ਜੀ ਨਾਗਾ ਅਰਜੁਨੀ ਅਤੇ ਬਾਰਾਬਾਰ ਦੀ ਗੁਫਾ। 26ਵਾਂ ਪ੍ਰਸ਼ਨ ਹੈ, ਹੁਣ ਕਿਹੜੀ ਮੂਰਤੀ ਸਾਡਾ ਰਾਸ਼ਟਰੀ ਚਿੰਨ੍ਹ ਹੈ? ਇਹ ਮੂਰਤੀ ਹੈ ਜੋ ਹੁਣ ਸਾਡਾ ਰਾਸ਼ਟਰੀ ਚਿੰਨ੍ਹ ਹੈ ਉਹਦੇ ਵਿੱਚ ਹੈ ਸਾਰਨਾਥ ਤੋਂ ਪ੍ਰਾਪਤ ਹੋਈ ਮੂਰਤੀ ਜਿਸ ਵਿੱਚ ਚਾਰ ਸ਼ੇਰ ਪਿੱਠ ਨਾਲ ਪਿੱਠ ਲਗਾ ਕੇ ਬੈਠੇ ਹਨ। 27ਵਾਂ ਪ੍ਰਸ਼ਨ ਹੈ ਜੀ, ਮੌਰੀਆ ਵੰਸ਼ ਦਾ ਆਖਰੀ ਸ਼ਾਸਕ ਕੌਣ ਸੀ? ਮੌਰੀਆ ਵੰਸ਼ ਦਾ ਜੋ ਆਖਰੀ ਸ਼ਾਸਕ ਸੀ ਉਹਦਾ ਨਾਮ ਸੀ ਬ੍ਰਿਹਦਰਥ। ਮੌਰੀਆ ਕਾਲ ਦਾ ਕੁੱਲ ਸਮਾਂ ਕੀ ਸੀ? ਮੌਰੀਆ ਕਾਲ ਜੀ ਬਾਰੇ ਜਿਵੇਂ ਆਪਾਂ ਨੇ ਸ਼ੁਰੂਆਤ ਦੇ ਵਿੱਚ ਪੜ੍ਹਿਆ ਸੀ ਕਿ ਇਹਦੀ ਨੀਂਹ ਸੀ ਜੋ 321 ਈਸਵੀ ਬੀ ਸੀ ਦੇ ਵਿੱਚ ਰੱਖੀ ਸੀ ਚੰਦਰਗੁਪਤ ਮੌਰੀਆ ਨੇ, ਅਤੇ ਇਹਦਾ ਅੰਤ ਸੀ ਜੋ ਮੌਰੀਆ ਕਾਲ ਦਾ 184 ਬੀ ਸੀ ਦੇ ਵਿੱਚ ਹੋਇਆ ਸੀ। ਭਾਵ ਅਸ਼ੋਕ ਤੋਂ ਬਾਅਦ ਹੋਰ ਬਹੁਤ ਸਾਰੇ ਰਾਜੇ ਹੋਏ ਨੇ ਜਿਨ੍ਹਾਂ ਨੇ ਮੌਰੀਆ ਕਾਲ ਨੂੰ ਅੱਗੇ ਰੱਖਿਆ, ਅਤੇ 184 ਬੀ ਸੀ ਦੇ ਵਿੱਚ ਬਿਫੋਰ ਕ੍ਰਿਸਟ ਈਸਵੀ ਪੂਰਵ ਦੇ ਵਿੱਚ 184 ਦੇ ਵਿੱਚ ਇਹ ਸਮਾਂ ਮੌਰੀਆ ਕਾਲ ਸੀ ਜੋ ਸਮਾਪਤ ਹੋ ਗਿਆ ਸੀ। ਅੱਗੇ ਜੀ 29ਵਾਂ ਪ੍ਰਸ਼ਨ, ਮੌਰੀਆ ਵੰਸ਼ ਦੇ ਆਖਰੀ ਸ਼ਾਸਕ ਬ੍ਰਿਹਦਰਥ ਦਾ ਕਤਲ ਕਿਸ ਨੇ ਕੀਤਾ? ਜੋ ਮੌਰੀਆ ਵੰਸ਼ ਦਾ ਆਖਰੀ ਸ਼ਾਸਕ ਸੀ ਬ੍ਰਿਹਦਰਥ ਉਹਦਾ ਕਤਲ ਸੀ ਜੋ ਮੌਰੀਆ ਦਾ ਹੀ ਸੈਨਾਪਤੀ ਸੀ ਪੁਸ਼ਿਆਮਿੱਤਰ ਸ਼ੁੰਗ ਨੇ ਕੀਤਾ ਸੀ। ਹੁਣ ਤੱਕ ਆਪਾਂ ਪੜ੍ਹ ਚੁੱਕੇ ਹਾਂ ਹਰਿਅੰਕ ਵੰਸ਼ ਦੇ ਬਾਰੇ, ਸ਼ਿਸ਼ੂਨਾਗ ਵੰਸ਼ ਦੇ ਬਾਰੇ, ਨੰਦ ਵੰਸ਼ ਦੇ ਬਾਰੇ, ਮੌਰੀਆ ਵੰਸ਼ ਦੇ ਬਾਰੇ। ਹੁਣ ਪੜ੍ਹਾਂਗੇ ਦੋਸਤੋ ਅੱਗੇ ਸ਼ੁੰਗ ਵੰਸ਼ ਦੇ ਬਾਰੇ। 30ਵਾਂ ਪ੍ਰਸ਼ਨ ਹੈ ਜੀ, ਪੁਸ਼ਿਆਮਿੱਤਰ ਦੇ ਪੋਤੇ ਦਾ ਕੀ ਨਾਮ ਸੀ? ਪੁਸ਼ਿਆਮਿੱਤਰ ਦੇ ਪੋਤੇ ਦਾ ਨਾਮ ਸੀ ਜੀ ਵਸੂਮਿੱਤਰ। ਪੁਸ਼ਿਆਮਿੱਤਰ ਨੇ ਕਿੰਨੇ ਅਸ਼ਵਮੇਘ ਯੱਗ ਕੀਤੇ? ਪੁਸ਼ਿਆਮਿੱਤਰ ਨੇ 2 ਅਸ਼ਵਮੇਘ ਯੱਗ ਕੀਤੇ ਜਿਸ ਨੇ ਮੁਗਲ ਸੈਨਾ ਮੁਗਲ ਕਾਲ ਦੇ ਆਖਰੀ
ਸੋਰੀ ਜਿਸ ਨੇ ਮੌਰੀਆ ਕਾਲ ਦੇ ਆਖਰੀ ਰਾਜੇ ਬ੍ਰਿਹਦਰਥ ਦਾ ਕਤਲ ਕੀਤਾ ਸੀ। ਪੁਸ਼ਿਆਮਿੱਤਰ ਸੀ ਉਹ। ਪੁਸ਼ਿਆਮਿੱਤਰ ਨੇ ਦੋ ਅਸ਼ਵਮੇਧ ਯੱਗ ਕੀਤੇ ਸੀ। 32ਵਾਂ ਪ੍ਰਸ਼ਨ ਹੈ ਜੀ ਅੱਗੇ, ਪੁਸ਼ਿਆਮਿੱਤਰ ਸ਼ੁੰਗ ਦੇ ਪੁੱਤਰ ਦਾ ਕੀ ਨਾਮ ਸੀ? ਪਹਿਲਾਂ ਸੀ ਪੋਤੇ ਦਾ ਨਾਮ ਵਸੂਮਿੱਤਰ ਅਤੇ ਪੁੱਤਰ ਦਾ ਨਾਮ ਹੈ ਜੀ ਹੁਣ ਅਗਨੀਮਿੱਤਰ। ਸ਼ੁੰਗ ਵੰਸ਼ ਦਾ ਖਾਤਮਾ ਕਦੋਂ ਹੋਇਆ? ਸ਼ੁੰਗ ਵੰਸ਼ ਦਾ ਖਾਤਮਾ ਸੀ ਜੋ 75 ਈਸਵੀ ਪੂਰਵ ਦੇ ਵਿੱਚ ਹੋਇਆ ਸੀ। 34ਵਾਂ ਪ੍ਰਸ਼ਨ ਹੈ ਜੀ ਅੱਗੇ, ਸ਼ੁੰਗ ਵੰਸ਼ ਦਾ ਕੁੱਲੇ ਸਮਾਂ ਕਿੰਨਾ ਸੀ? ਇਹਦਾ ਸਮਾਂ ਸੀ ਜੀ 184 BC ਤੋਂ ਲੈ ਕੇ 75 BC ਤੱਕ। 35ਵਾਂ ਪ੍ਰਸ਼ਨ ਹੈ ਅਤੇ ਅਖੀਰਲਾ ਪ੍ਰਸ਼ਨ ਹੈ ਜੀ ਇਸ ਵੀਡੀਓ ਦਾ, ਇਸ ਤੋਂ ਬਾਅਦ ਸੈਂਪਲ ਪ੍ਰਸ਼ਨ ਨੇ। ਸ਼ੁੰਗ ਵੰਸ਼ ਤੋਂ ਬਾਅਦ ਕਿਹੜਾ ਵੰਸ਼ ਆਇਆ? ਸ਼ੁੰਗ ਵੰਸ਼ ਤੋਂ ਬਾਅਦ ਕਣਵ ਵੰਸ਼ ਆਇਆ। ਕਣਵ ਵੰਸ਼ ਦੇ ਬਾਰੇ ਸੰਖੇਪ ਦੇ ਵਿੱਚ ਜਾਣਕਾਰੀ ਹੈ। ਕਣਵ ਵੰਸ਼ ਦਾ ਸਮਾਂ ਮੰਨਿਆ ਜਾਂਦਾ 75 BC ਤੋਂ ਲੈ ਕੇ 30 BC ਤੱਕ। ਵਾਸੂਦੇਵ ਸੀ ਜੋ ਇਸ ਵੰਸ਼ ਦਾ ਰਾਜਾ ਸੀ। ਕਣਵ ਵੰਸ਼ ਦੀ ਗੱਲ ਚੱਲ ਰਹੀ ਹੈ। ਕਣਵ ਵੰਸ਼ ਦਾ ਰਾਜਾ ਸੀ 75 BC ਤੋਂ ਲੈ ਕੇ 66 BC ਤੱਕ ਰਾਜ ਕੀਤਾ। ਇਸ ਤੋਂ ਬਾਅਦ ਭੂਮੀ ਮਿੱਤਰਾ ਸੀ 66 BC ਤੋਂ ਲੈ ਕੇ 52 BC ਤੱਕ। ਨਰਾਇਣ 52 ਤੋਂ ਲੈ ਕੇ 40 BC ਤੱਕ ਰਾਜ ਕੀਤਾ। ਅਤੇ ਸੁਸਾਰਮਨ ਸੀ ਜਿਸ ਨੇ 40 BC ਤੋਂ ਲੈ ਕੇ 30 BC ਤੱਕ ਰਾਜ ਕੀਤਾ। ਅਤੇ ਇਸ ਤੋਂ ਬਾਅਦ ਹੈ ਜੋ ਕਣਵ ਵੰਸ਼ ਦਾ ਸਮਾਪਤ ਹੋ ਗਿਆ ਸੀ, ਕਣਵ ਵੰਸ਼ ਦਾ ਖਤਮ ਹੋ ਗਿਆ ਸੀ। ਹਾਂਜੀ, ਨਮੂਨੇ ਦਾ ਪ੍ਰਸ਼ਨ ਹੈ ਜੀ ਅੱਗੇ, ਚੌਥਾ ਪ੍ਰਸ਼ਨ ਹੈ ਜੀ ਇਸ ਵੀਡੀਓ ਦਾ, ਪਾਠ ਨੰਬਰ 6 ਦਾ ਭਾਗ ਇਹ ਹੈ। ਨੰਬਰ 1 ਸਾਂਚੀ ਦਾ ਸਤੂਪ, ਮਹਾਮਾਤ, ਸੁਦਰਸ਼ਨ ਝੀਲ, ਸਨੀਦਾਤਾ ਅਤੇ ਬਾਰਾਬਾਰ। ਭਾਗ ਵੀ ਦੇ ਵਿੱਚ ਹੈ ਜੀ ਚੰਦਰਗੁਪਤ ਮੌਰੀਆ, ਗੁਫਾ ਪ੍ਰਾਂਤ ਦਾ ਅਫਸਰ, ਅਸ਼ੋਕ ਅਤੇ ਮੁੱਖ ਖਜ਼ਾਨਚੀ। ਇਹਦੇ ਦੋਸਤੋ ਪ੍ਰਸ਼ਨ ਉੱਤਰ ਇਹ ਨੇ, ABCD ਦਿੱਤੇ ਨੇ। ਦੇਖਣਾ ਕਿ ਪਹਿਲੇ ਦਾ ਕਿਹੜਾ ਸਹੀ ਹੈ, ਏ ਤੋਂ ਲੈ ਕੇ ਈ ਤੱਕ, ਦੂਜਾ, ਤੀਜਾ, ਚੌਥਾ ਅਤੇ ਪੰਜਵਾਂ ਦਾ ਦੇਖਣਾ। ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਦੇਖਿਆ ਕਰੋ ਤਾਂ ਜੋ ਪ੍ਰਸ਼ਨਾਂ ਦੇ ਉੱਤਰ ਲੱਭਣ ਦੇ ਵਿੱਚ ਤੁਹਾਨੂੰ ਸੁਖਾਈ ਹੋ ਜੇ। ਕਿਉਂਕਿ ਜੋ ਟੈਟ ਹੈ ਇਸ ਦੇ ਵਿੱਚ ਇਸ ਤਰ੍ਹਾਂ ਦੇ ਹੀ ਪ੍ਰਸ਼ਨ ਪੁੱਛੇ ਜਾਂਦੇ ਨੇ, ਇੱਕ ਪ੍ਰਸ਼ਨ ਦੇ ਵਿੱਚ ਹੀ ਪੂਰੇ ਦਾ ਪੂਰਾ ਪਾਠ ਹੈ ਜੋ ਉਸਨੂੰ ਕਵਰ ਕਰ ਲਿਆ ਜਾਂਦਾ। ਅੱਗੇ ਹੈ ਜੀ 5ਵਾਂ ਪ੍ਰਸ਼ਨ ਹੈ, ਸਮਰਾਟ ਅਸ਼ੋਕ ਦਾ ਦੂਸਰਾ ਨਾਮ ਪਿਆਦਰਸ਼ੀ ਖੋਜਿਆ ਗਿਆ ਸੀ? ਇਹ ਪ੍ਰਸ਼ਨ ਹੈ ਜੋ ਪੀਸ ਟੈਟ 2018 ਦੇ ਵਿੱਚ ਆਇਆ ਸੀ। ਇਹਦੇ ਆਪਸ਼ਨ ਨੇ ਜੀ AD 1715, AD ਦਾ ਮਤਲਬ ਜੀ ਐਂਟੀ ਡੋਮੇਨ, AD 1815, AD 1915, AD 1955। ਤਾਂ ਦੋਸਤੋ ਇਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਤੁਸੀਂ ਆਪਣੇ ਕੋਲ ਨੋਟ ਕਰਕੇ ਰੱਖਿਓ। 8ਵੇਂ ਪਾਠ ਤੋਂ ਬਾਅਦ ਚੈਪਟਰ 8 ਕੰਪਲੀਟ ਕਰਨ ਤੋਂ ਬਾਅਦ ਮੈਂ ਵੀਡੀਓ ਲੈ ਕੇ ਆਵਾਂਗਾ ਜਿਹਦੇ ਵਿੱਚ 5 ਤੋਂ ਲੈ ਕੇ 8 ਤੱਕ ਜੋ ਪਾਠ ਪੜ੍ਹਾਂਗੇ ਆਪਾਂ, ਉਹਨਾਂ ਦੇ ਵਿੱਚ ਜੋ ਮੈਂ ਸੈਂਪਲ ਪ੍ਰਸ਼ਨ ਪੁੱਛਾਂਗਾ ਉਹਨਾਂ ਦੇ ਉੱਤਰਾਂ ਦੇ ਬਾਰੇ ਚਰਚਾ ਕਰਾਂਗੇ। ਉਮੀਦ ਕਰਦਾ ਕਿ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆ ਰਹੀ ਹੋਵੇਗੀ। ਜੇਕਰ ਦੋਸਤੋ ਤੁਸੀਂ ਮੇਰੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਦਬਾਓ ਤਾਂ ਜੋ ਮੇਰੇ ਦੁਆਰਾ ਅਪਲੋਡ ਕੀਤੀ ਗਈ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਦੋਸਤੋ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰੋ ਅਤੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ।